ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ ਕੈਨੇਡਾ ਦੇ ਵਿੱਚ, ਜਾਂ ਕਿਤੇ ਵੀ ਜੇ ਤੁਹਾਡੀ ਗੱਡੀ ਚੋਰੀ ਹੋ ਜਾਂਦੀ ਹੈ, ਤੁਸੀਂ ਪੁਲਿਸ ਨੂੰ ਇਨਫੋਰਮ ਜ਼ਰੂਰ ਕਰਨਾ ਵਾ, ਤਾਂ ਕਿ ਇੱਕ ਰਿਪੋਰਟ ਲਿਖ ਸਕਣ ਤੁਹਾਡੀ ਉਹ ਕਿ ਹਾਂ ਤੁਹਾਡੀ ਗੱਡੀ ਚੋਰੀ ਹੋ ਗਈ ਆ। ਉਸ ਤੋਂ ਬਾਅਦ ਕੁਛ ਵੀ ਇਲੀਗਲ ਉਸ ਗੱਡੀ ਦੇ ਨਾਲ ਹੁੰਦਾ ਵਾ ਜਾਂ ਉਸ ਗੱਡੀ ਦੇ ਦੁਆਰਾ ਹੁੰਦਾ, ਉਹ ਤੁਹਾਡਾ ਨਾਂ ਨਹੀਂ ਆਏਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡੀਜੇ, ਸਵਾਗਤ ਹੈ ਤੁਹਾਡਾ ਹਾਬੀ ਮਿੱਤਰੋ ਦੇ ਵਿੱਚ। ਮੇਰੀ ਗੱਡੀ ਹੋ ਗਈ ਸੀ ਚੋਰੀ, ਕਿੱਦਾਂ ਹੋਈ? ਇੱਦਾਂ ਜਿਵੇਂ ਆਹ ਗੱਡੀ ਇੱਥੇ ਲੱਗੀ ਆ, ਇੱਦਾਂ ਹੀ ਮੈਂ ਗੱਡੀ ਲਾ ਕੇ ਗਿਆ ਸੀ। ਨੋ ਪਾਰਕਿੰਗ ਆਉਣੀ, ਫਲੈਸ਼ਰ ਲਾਈਟ ਆਉਣੀ, ਅਤੇ ਇੱਦਾਂ ਔਡਰ 'ਚ ਚੁੱਕਣਾ ਸੀ ਇੱਥੋਂ ਰੈਸਟੋਰੈਂਟ ਦੇ ਵਿੱਚੋਂ, ਇੱਧਰ ਨੂੰ ਜਾ ਗਿਆ ਹੈ ਨਾ। 2 ਮਿੰਟ ਲੱਗੇ ਮੈਨੂੰ, ਮੈਂ 2 ਮਿੰਟ ਅੰਦਰ ਗਿਆ ਆਰਡਰ ਚੱਕ ਕੇ ਲਿਆਂਦਾ, ਬਾਹਰ ਆਇਆ ਖਾਣਾ ਜਿਹੜਾ ਔਡਰ ਕੀਤਾ ਸੀ, ਬਾਹਰ ਆਇਆ ਜਦੋਂ ਮੈਂ ਲੈ ਕੇ ਅਤੇ ਗੱਡੀ ਇੱਥੇ ਹੈ ਨਹੀਂ। ਇੱਕ ਵਾਰੀ ਤਾਂ ਮਨ ਨੂੰ ਹੋਇਆ ਵੀ ਗੱਡੀ ਕਿੱਥੇ ਚਲ ਗਈ, ਦਿਮਾਗ ਘੁੰਮ ਗਿਆ ਮੇਰਾ। ਮੈਂ ਕਿਹਾ ਯਾਰ ਚੋਰੀ ਹੋ ਗਈ ਲੱਗਦਾ, ਰਾਈਟ। ਫੋਨ ਕੀਤਾ ਉਸੇ ਵੇਲੇ ਪੁਲਿਸ ਨੂੰ, ਪੁਲਿਸ ਵਾਲਿਆਂ ਨੇ ਦੱਸਿਆ ਵੀ ਇੱਦਾਂ ਮੇਰੀ ਗੱਡੀ ਚੋਰੀ ਹੋ ਗਈ। ਉਹਨਾਂ ਨੇ ਡਿਟੇਲਸ ਵਗੈਰਾ ਪੁੱਛੀਆਂ, ਕਿੱਥੇ ਸੀ, ਕਿੱਥੇ ਕਿੱਦਾਂ ਦੀ ਗੱਡੀ ਹੈ ਨਾ, ਇਹ ਵੋ। ਅਤੇ ਕਹਿੰਦੇ ਡੋਂਟ ਵਰੀ, ਤੁਸੀਂ ਘਰ ਜਾਓ, ਜੇ ਜਾ ਸਕਦੇ ਜੇ ਅਸੀਂ ਛੱਡ ਆਉਂਦੇ ਹਾਂ। ਮੈਂ ਕਿਹਾ ਨਹੀਂ, ਘਰ ਮੇਰੇ ਲੱਗ ਗਏ, ਮੈਂ ਚਲ ਜੂ। ਕਹਿੰਦਾ ਤੁਸੀਂ ਘਰ ਜਾਓ, ਨਿਸ਼ਚਿੰਤ ਹੋ ਕੇ, ਟੈਨਸ਼ਨ ਨਹੀਂ ਲੈਣੀ, ਗੱਡੀ ਤੁਹਾਡੀ ਮਿਲ ਜੂਗੀ ਤੁਹਾਨੂੰ। ਅਗਲੇ ਦਿਨ 24 ਘੰਟਿਆਂ ਦੇ ਵਿੱਚ ਬਾਅਦ ਲਗਭਗ ਮੈਨੂੰ ਫੋਨ ਆ ਗਿਆ ਕਿ ਤੁਹਾਡੀ ਗੱਡੀ ਲੱਭ ਗਈ। ਅਤੇ ਮੈਂ ਹੈਰਾਨ ਵੀ ਸੀ, ਹੈ ਨਾ, ਖੁਸ਼ ਵੀ ਸੀ ਕਿ ਗੱਡੀ ਚਲੋ ਮਿਲ ਗਈ। ਪਰ ਫਿਰ ਇੰਸ਼ੋਰੈਂਸ ਵਾਲਿਆਂ ਨੂੰ ਫੋਨ ਕੀਤਾ, ਉਹ ਕਹਿੰਦੇ ਤੁਸੀਂ ਜਾਓ ਉੱਥੇ ਥਾਣੇ ਲੱਗੀ ਜਾਵੇ ਗੱਡੀ, ਰਾਈਟ, ਅਤੇ ਉੱਥੋਂ ਤੁਸੀਂ ਗੱਡੀ 'ਚੋਂ ਸਮਾਨ ਆਪਣਾ ਕੱਢ ਲਓ ਜੇ ਕੋਈ ਹੈਗਾ ਵਿੱਚ ਬੱਚਿਆ, ਨਹੀਂ ਤਾਂ ਅਸੀਂ ਗੱਡੀ ਪਹਿਲਾਂ ਟੈਸਟ ਕਰਨੀ ਹੈ ਸੇਫਟੀ ਲਈ, ਅਤੇ ਫਿਰ ਤੁਹਾਨੂੰ ਦੇਵਾਂਗੇ। ਅਤੇ ਅਸੀਂ ਫਿਰ ਗੱਡੀ 'ਚੋਂ ਸਮਾਨ ਲੈਣ ਗਏ, ਅਤੇ ਨਾਲੇ ਵੇਖਿਆ ਗੱਡੀ ਦਾ ਹਾਲ, ਅੱਜ ਤੁਹਾਨੂੰ ਦਿਖਾਉਂਦੇ ਹਾਂ। ਹੁਣ ਅਸੀਂ ਅੰਦਰ ਚੱਲੇ ਹਾਂ ਸਮਾਨ ਲੈਣ ਗੱਡੀ 'ਚੋਂ। ਬੋਲ ਦਿਓ ਭਾਈ ਜੀ, ਉਹ ਆ ਰਿਹਾ ਬੰਦਾ ਆਪਣਾ ਜਿਹਨੇ ਆਪਣਾ ਡੀਲ ਕਰਨਾ। ਉਹ ਗੱਡੀ ਹੈ ਜੀ, ਉਹਦੇ ਪਿੱਛੇ ਪਿੱਛੇ ਕਹਿੰਦੇ ਜਾਓ ਤੁਸੀਂ। ਕਾਫੀ ਤਗੜਾ ਹੈ ਮਾਲ, ਮਤ ਗੱਡੀਆਂ ਗੱਡੀਆਂ ਹੈਗਾ ਵੇਚਣੀਆਂ ਨਹੀਂ ਚੋਰੀ ਵਾਲੀਆਂ। ਹਾਂ, ਜਿਹੜਾ ਕੋਈ ਨਹੀਂ ਕਲੇਮ ਕਰਦਾ ਤੇ ਉਹਨੂੰ ਫਿਰ ਆਪਸ਼ਨ ਕਰ ਦਿੰਦੇ ਆ, ਰਿਲੈਕਟਰ ਕਰਦੇ ਆ ਓਨਰ ਨੂੰ, ਲਾਸਟ ਓਨਰ ਨੂੰ ਫਿਰ ਕਰ ਦਿੰਦੇ ਆਪਸ਼ਨ। ਭਾਅ ਜੀ ਅਸੀਂ ਤੁਰ ਕੇ ਆ ਸਕਦੇ ਸੀ ਇੰਨਾ, ਵੈਸੇ ਸਮਾਨ ਨਹੀਂ ਰੱਖ ਕੇ ਖੜਨਾ ਜੇ ਵਿੱਚ ਹੋਇਆ। ਹੁਣ ਪਤਾ ਨਹੀਂ ਸਮਾਨ ਵਿੱਚ ਹੈਗਾ ਕਿ ਨਹੀਂ, ਸਾਰਾ ਵੀਡੀਓ ਬਣਾਉਣ ਵਾਲਾ ਸਮਾਨ ਵਿੱਚ ਹੀ, ਮਾਈਕ ਮੂਇਕ ਸਾਰੇ ਆਪਣੇ ਵਿੱਚ ਹੀ, ਹੋਰ 2-3 ਆਈਟਮਾਂ ਹੀ ਗੱਡੀ 'ਚ ਰੱਖੀਆਂ। I guess it's over there. ਜੋਜੀ ਡਰਾਈਵਰ ਵੱਖਰਾ ਹੈ ਤੇ ਨਾਲ ਉਹ ਵੱਖਰਾ ਹੈ। ਇਹ ਪੂਰੀ ਐਨਫੋਰਸਮੈਂਟ ਆ। ਐਨਫੋਰਸਮੈਂਟ ਮਤਲਬ ਕਿ ਇੱਥੋਂ ਇੰਨਾ ਤੁਰ ਕੇ ਨਹੀਂ ਆ ਸਕਦੇ? ਨਹੀਂ ਭਾਈ, ਕਿਉਂਕਿ ਤਾਂ ਬਹੁਤ ਹੀ ਖੜੀ ਪ੍ਰੋਮਿਸਿਸ ਤੇ ਕੁਝ ਹੋ ਜੇ ਫਿਰ। ਹਾਂ, ਇਹ ਤੇ ਭਾਈ ਠੋਕੀ ਕੋਈ ਲੱਗਦੀ ਹੈ। ਬੈਗ ਤੁਹਾਡਾ ਭਾਈ? ਇਹ ਪਤਾ ਨਹੀਂ ਕਿਸੇ ਹੋਰ ਦਾ ਵੀ ਬੈਗ ਬੂਗ ਚੁੱਕਿਆ ਹੋਣਾ। ਆਪਣਾ ਸਾਡੇ ਸੇਫ ਸੰਤਰੇ ਵੀ ਪਾ ਗਿਆ। ਆ ਆਪਣਾ ਨਹੀਂ ਨਾ, ਉਹ ਇਹਨਾਂ ਨੇ ਕਿਹਦਾ ਸਮਾਨ ਪਿਆ ਵਿੱਚ, ਇਹ ਵੀ ਕਿਸੇ ਦਾ ਚੋਰੀ ਮਾਰਿਆ ਹੋਣਾ। ਆਪਣਾ ਬੈਗ ਲੈ ਗਿਆ, ਡਿੱਕੀ ਵੇਖ ਲਓ ਕੀ ਕੁਝ ਬਚਿਆ। ਸਮਾਨ ਵਿੱਚ ਹੀ ਪਾ ਲੈਣਾ। ਨਸ਼ ਵੀ ਲੈ ਗਿਆ, ਸਕੇਟ ਬੋਰਡ ਵੀ, ਸਨੋਬਲਾਸ਼ ਵੀ ਲੈ ਗਿਆ, ਭਾਊ ਪੈਰ ਹੈਗਾ ਤੁਹਾਨੂੰ, ਸਟੱਪਣੀ ਆ, ਆ ਵੀ ਵੱਜੀ। ਹੁਣ ਸਮਾਨ ਚੱਕ ਲਿਆ ਸੀ ਜੋ ਵਿੱਚ ਬਚਿਆ ਸੀ ਮਾੜਾ ਮੋਟਾ। ਇਹ ਮੇਰੀ ਕਵਰੇਜ ਦੇ ਵਿੱਚ ਹੈਗਾ ਸੀ ਕਿ ਰੈਂਟਲ ਗੱਡੀ ਮੈਨੂੰ ਮਿਲਦੀ ਹੈ ਨਾ, ਉਹ ਇਹ ਵੀ ਮੈਂ ਤੁਹਾਨੂੰ ਕਵਾਂਗਾ ਕਿ ਜੇ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ ਤਾਂ ਉਹ ਜ਼ਰੂਰ ਕਰਾ ਲਿਓ। ਮੇਰੇ ਖਿਆਲ $4-5 ਮਹੀਨੇ ਦਾ ਫਰਕ ਪੈਂਦਾ ਵਾ ਉਹਦੇ ਲਈ ਉਹਦੇ ਵਿੱਚ, ਬਟ ਉਹ ਬਹੁਤ ਵਧੀਆ ਚੀਜ਼ ਆ, ਰਾਈਟ। ਉਹ ਮਤਲਬ ਕਿ ਹੁਣ ਜਿੱਦਣ ਮੇਰੀ ਗੱਡੀ ਗਵਾਚੀ ਉਸ ਤੋਂ ਹੀ ਉਹ ਕਹਿੰਦੇ ਕਿ ਤੁਸੀਂ ਗੱਡੀ ਰੈਂਟਲ ਲੈ ਆਓ, $5,000 ਤੱਕ ਖਰਚਾ ਉਹਨਾਂ ਨੇ ਮੈਨੂੰ ਮਤਲਬ ਦੇਣਾ ਵਾ, ਇੰਸ਼ੋਰੈਂਸ ਨੇ ਕਵਰ ਕਰਨਾ ਵਾ। ਹਾਂਜੀ, ਉੱਦਾਂ ਆਪਾਂ ਕਹਿੰਦੇ ਹਾਂ ਕੈਨੇਡਾ ਜਾਣਾ ਕੈਨੇਡਾ ਜਾਣਾ, ਪਰ ਬਹੁਤ ਬੰਦੇ ਦੀ ਨਾ ਇੱਥੇ ਕਦਰ ਹੁੰਦੀ ਹੈ, ਤਾਂ ਹੀ ਸਾਰੇ ਭੱਜਦੇ ਇੱਧਰ ਨੂੰ। ਅਤੇ ਹੁਣ ਉੱਧਰ ਨੂੰ ਹੀ ਚੱਲੇ ਹਾਂ, ਰੈਂਟ ਦੀ ਗੱਡੀ ਲਈ ਹੋਈ ਅੱਜ ਹਾਲੀ, ਉੱਥੋਂ ਲੈਵਾਂਗੇ ਗੱਡੀ। ਅਤੇ ਰੈਂਟਲ ਦੀ ਗੱਡੀ ਆਪਾਂ ਨੂੰ ਆਹ ਮਿਲ ਗਈ ਹੈ, ਉਹਦਾ ਟਾਈਮਿੰਗ ਜਦੋਂ ਤੱਕ ਆਪਣਾ ਕੇਸ ਰਿਜ਼ੋਲਵ ਨਹੀਂ ਹੁੰਦਾ ਉੱਧਰੋਂ ਇੰਸ਼ੋਰੈਂਸ ਵੱਲੋਂ, ਉਹ ਸਾਨੂੰ ਉਦੋਂ ਤੱਕ ਆਹ ਚਲਾਵਾਂਗੇ। ਆਪਦਾ ਗੱਡੀ ਹੈ ਵੀ ਅੰਦਰ ਸਿਸਟਮ ਸੁਸਟਮ ਬਹੁਤ ਵਧੀਆ, ਪਹਿਲਾਂ ਆਪਣੇ ਕੋਲ ਪੁਰਾਣੀ ਗੱਡੀ ਉਹਦੇ ਹਿਸਾਬ ਨਾਲ ਤਾਂ ਹੋਰ ਹੱਥ ਆ। ਅਤੇ ਉਸ ਤੋਂ ਬਾਅਦ ਵੇਖਾਂਗੇ ਹੁਣ ਕੀ ਬਣਦਾ, ਉਦੋਂ ਤੱਕ ਲੈਂਦੇ ਹਾਂ ਇਹਦੇ ਨਜ਼ਾਰੇ ਨਾਲ ਵਿੱਚ ਆਬੀ ਕੱਢ ਕੇ। ਹੁਣ ਗੱਡੀ ਗੁੱਡੀ ਸਾਰੀ ਸਾਡੇ ਕੋਲ ਰੈਂਟਲ ਵਾਲੀ ਆ, ਮਤਲਬ ਗੱਡੀ ਮੇਰੀ ਲੈ ਗਏ ਟੋ ਕਰਕੇ। ਉਸ ਤੋਂ ਬਾਅਦ ਉਹਨਾਂ ਨੇ ਉੱਤੇ ਹੁਣ ਟੈਸਟ ਕਰਨਗੇ ਵੀ ਬੋਡੀ ਸ਼ੋਪ ਦੇ ਵਿੱਚ ਕਿ ਹਾਂ ਰਿਕਵਰ ਹੋਣ ਦੇ ਕਿੰਨਾ ਕੁ ਖਰਚਾ ਹੈਗਾ ਵਾ, ਜੇ ਹੈ ਨਾ ਰਿਪੇਅਰ ਹੋ ਜਾਂਦੀ ਹੈ ਗੱਡੀ, ਉਹ ਜੇ ਉਹ ਖਰਚਾ ਵਧਦਾ, ਕਿਉਂਕਿ ਪੁਰਾਣੀ ਗੱਡੀ ਸੀ, ਮੈਂ ਤਾਂ ਲਈ ਸੀ ਮੇਰੇ ਖਿਆਲ 'ਚ $2,200 ਦੇ ਵਿੱਚ ਲਈ ਸੀ ਉਦੋਂ ਮੈਂ, ਅਤੇ ਵਧੀਆ ਗੱਡੀ ਐਨ ਹੈ ਨਾ ਫਸਟ ਕੰਮ ਲਈ, ਜੇ ਤੁਸੀਂ ਪਹਿਲੀ ਗੱਡੀ ਲੈਣੀ ਬਹੁਤ ਵਧੀਆ ਗੱਡੀ ਸੀ, ਇਹੋ ਜਿਹੀ ਗੱਡੀ ਲਓ, ਖਰਚਾ ਵੀ ਘੱਟ ਰਹਿੰਦਾ ਹੈ ਨਾ, ਕਿਸ਼ਤਾਂ ਦੀ ਟੈਨਸ਼ਨ ਹੋਣੀ। ਅਤੇ ਚਲੋ ਜੀ, ਉਹ ਗੱਡੀ ਨੇ ਬਹੁਤ ਸਾਥ ਦਿੱਤਾ ਮੇਰਾ, ਉਸ ਗੱਡੀ ਨਾਲ ਕਾਫੀ ਕੁਛ ਉਹ 'ਚ ਇੰਜੋਇਮੈਂਟ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਨਾ, ਬਹੁਤ ਵਧੀਆ ਵਧੀਆ ਚੀਜ਼ਾਂ ਉਹਦੇ ਵਿੱਚ ਯਾਦਾਂ ਉਹਦੇ ਨਾਲ ਜੁੜੀਆਂ ਵਾ, ਐਕਸਪੀਰੀਅੰਸ ਕੀਤੀਆਂ ਉਸ ਗੱਡੀ ਦੇ ਨਾਲ।
ਮੈਂ ਬ੍ਰੈਂਪਟਨ ਤੋਂ ਕੈਲਗਰੀ ਵੀ ਉਸੇ ਗੱਡੀ 'ਚ ਮੂਵ ਹੋਇਆ ਸੀ, 3500 ਕਿਲੋਮੀਟਰ ਆ ਡਰਾਈਵ 'ਤੇ, ਉਸੇ ਗੱਡੀ 'ਚ ਆਇਆ, ਕੋਈ ਪ੍ਰੋਬਲਮ ਨਹੀਂ ਦਿੱਤੀ ਉਹਨੇ ਮੈਨੂੰ। ਮਤਲਬ ਉੱਦਾਂ ਤਾਂ ਚਲੋ ਕੋਈ ਗੱਲ ਨਹੀਂ, ਪਰ ਇੱਦਾਂ ਜਦੋਂ ਇੱਕ ਵਾਰੀ ਤਾਂ ਤੁਸੀਂ ਥੋੜ੍ਹਾ ਜਿਹਾ ਨਾ ਮੈਂਟਲੀ ਡਿਸਟਰਬ ਹੋ ਜਾਂਦੇ ਯਾਰ, ਮਤਲਬ ਕਿ ਗੱਡੀ ਚੋਰੀ ਗਈ। ਹਾਲਾਂਕਿ ਕੈਨੇਡਾ ਦੇ ਵਿੱਚ ਇੱਥੇ ਸਿਸਟਮ ਇੰਨਾ ਵਧੀਆ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਗੱਡੀ ਚੋਰੀ ਹੋਣ ਤੋਂ ਬਾਅਦ, ਮੈਨੂੰ ਸਗੋਂ ਵਧੀਆ ਗੱਡੀ 2019 ਮਾਡਲ ਗੱਡੀ ਹੁਣ ਮੈਂ ਚਲਾ ਰਿਹਾ ਰੈਂਟ 'ਤੇ, ਜਿਹਦਾ ਖਰਚਾ ਸਾਰਾ ਇੰਸ਼ੋਰੈਂਸ ਕਵਰ ਕਰ ਰਹੀ ਹੈ। ਮੈਨੂੰ ਇੱਕ ਵਾਰੀ ਨਹੀਂ ਪੁੱਛਿਆ, ਮੈਂ ਸਿਰਫ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਆਪੇ ਹੀ ਪੁਲਿਸ ਵਾਲਿਆਂ ਨਾਲ ਗੱਲ ਕਰਕੇ ਸਭ ਕੁਝ ਐਡਜਸਟ ਕਰ ਲਿਆ। ਨਹੀਂ ਤਾਂ ਆਪਾਂ ਨੂੰ, ਤੁਹਾਨੂੰ ਪਤਾ ਇੰਡੀਆ ਦੇ ਵਿੱਚ ਕਿੰਨੀ ਪਰੇਸ਼ਾਨੀ ਇੰਸ਼ੋਰੈਂਸ ਵਾਲੇ ਜਾਂ ਜੋ ਵੀ ਸਾਰੇ ਕਰਦੇ ਆ, ਇੱਥੇ ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਹੋਈ। ਅੰਦਰੋਂ ਬਾਹਰੋਂ ਸਾਰਾ ਚੈੱਕ ਕਰਕੇ ਜੇ ਤਾਂ ਉਹ ਕਵਰ ਹੁੰਦਾ ਆ, ਉਹਨਾਂ ਨੇ ਰਿਪੇਅਰ ਕਰਕੇ ਮੈਨੂੰ ਗੱਡੀ ਦੇ ਦੇਣੀ, ਜੇ ਨਹੀਂ ਫਿਰ ਮੈਨੂੰ ਸੈਟਲਮੈਂਟ ਦੇਣਗੇ। ਉਹ ਹੁਣ ਆਪਾਂ ਵੇਖਾਂਗੇ ਕੀ ਹੁੰਦਾ ਕੀ ਨਹੀਂ। ਕੈਨੇਡਾ ਇਹੋ ਜਿਹਾ ਦੇਸ਼ ਆ, ਮੈਂ ਬਹੁਤ ਪ੍ਰਾਊਡ ਫੀਲ ਕਰ ਰਿਹਾ ਨਾ ਵੀ ਮੈਂ ਇੱਥੋਂ ਦਾ ਪਾਰਟ ਬਣਿਆ, ਮੈਂ ਇੱਥੇ ਆਇਆ ਵਾਂ। ਮੈਨੂੰ ਇੱਕ ਵਾਰੀ ਵੀ ਉਹਨਾਂ ਨੇ ਮਤਲਬ ਕਿ ਇੱਦਾਂ ਦਾ ਨਹੀਂ ਲੱਗਾ ਯਾਰ ਵੀ ਤੂੰ ਤੇਰੀ ਗਲਤੀ ਆ ਜਾਂ ਕੁਛ ਹੋਇਆ ਨਾ। ਮੇਰੀ ਗੱਡੀ ਚੋਰੀ ਹੋਈ ਤਾਂ ਮੈਨੂੰ ਇੱਕ ਦਿਨ ਵੀ ਤਕਲੀਫ ਨਹੀਂ ਹੋਈ, ਇਸ ਗੱਲ ਲਈ ਮੈਂ ਸਲੂਟ ਕਰਦਾ ਵੀ ਕੈਨੇਡਾ ਨੂੰ। ਇਸੇ ਕਰਕੇ ਸਾਰੇ ਇੱਧਰ ਨੂੰ ਭੱਜੇ ਹੁੰਦੇ, ਹੋਰ ਕੋਈ ਗੱਲ ਨਹੀਂ। ਆਪਣਾ ਦੇਸ਼ ਛੱਡਣ ਦਾ ਕਿਸੇ ਦਾ ਮਨ ਨਹੀਂ ਹੁੰਦਾ ਜੀ, ਬਸ ਫੋਨ 'ਤੇ ਹੋਇਆ ਸਭ ਕੁਛ। ਸਿਰਫ ਮੈਂ ਫੋਨ ਕੀਤਾ, ਨਾ ਮੈਂ ਪੁਲਿਸ ਨੂੰ ਮਿਲਿਆ, ਨਾ ਮੈਂ ਇੰਸ਼ੋਰੈਂਸ ਵਾਲੇ ਨੂੰ ਮਿਲਿਆ, ਸਾਰਾ ਕੁਝ ਫੋਨ ਦੇ ਉੱਤੇ ਹੀ ਹੋ ਗਿਆ। ਹੁਣ ਜੋ ਵੀ ਉਹਦਾ ਆਊਟਕਮ ਆਊਗਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ। ਤਦ ਤੱਕ ਲਈ ਜੀ ਧੰਨਵਾਦ, ਮੇਰੇ ਨਾਲ ਬਣੇ ਰਹਿ ਲਈ ਮੇਰੀ ਇੰਨੀ ਬਕਵਾਸ ਸੁਣਨ ਦੀ ਵੀ ਕੀ ਹੋਇਆ ਕੀ ਨਹੀਂ। ਹਾਂ ਇਹ ਆ ਕਿ ਹਾਂ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਕਿ ਇੰਸ਼ੋਰੈਂਸ ਦੇ ਵਿੱਚ ਤੁਸੀਂ ਜਦੋਂ ਤੁਸੀਂ ਲੈਂਦੇ ਹੋ ਇਹ ਜ਼ਰੂਰ ਧਿਆਨ ਰੱਖੋ ਕਿ ਇਹੋ ਜਿਹੀਆਂ ਚੀਜ਼ਾਂ ਵਿੱਚ ਹੋਣ ਜੋ ਕਿ ਤੁਹਾਨੂੰ ਬਹੁਤ ਫਾਇਦਾ। ਥੈਫਟ ਵੈਂਡਲਿਜ਼ਮ ਇਹ ਵੋ ਉਹਦੇ ਵਿੱਚ ਕਵਰਡ ਸੀ, ਉਹ $5-6 ਮੰਥਲੀ ਮੇਰੇ ਜ਼ਿਆਦਾ ਜਾਂਦੇ ਸੀ, ਬਟ ਉਹਦਾ ਕਿੰਨਾ ਫਾਇਦਾ ਹੋਇਆ ਕਿ ਮੈਨੂੰ ਰੈਂਟਲ ਗੱਡੀ ਮਿਲ ਗਈ ਨਾਲ ਦੀ ਨਾਲ ਹੀ, ਭਾਵੇਂ ਹੁਣ ਜਿੰਨਾ ਚਿਰ ਮਰਜ਼ੀ ਉਹ ਰਿਕਵਰੀ ਪ੍ਰੋਸੈਸ ਚੱਲਦਾ ਰਹੇ, $5,000 ਬਹੁਤ ਹੁੰਦੇ, ਮੈਂ 2 ਮਹੀਨੇ ਆ ਗੱਡੀ ਚਲਾ ਸਕਦਾ, ਉਦੋਂ ਤੱਕ ਉਹ ਕਵਰ ਕਰਨਗੇ ਰਾਈਟ। ਇਹ ਚੀਜ਼ਾਂ ਦਾ ਧਿਆਨ ਰੱਖਿਓ ਜੇ ਤੁਸੀਂ ਇੰਸ਼ੋਰੈਂਸ ਕਰਨਾ, ਠੀਕ ਹੈ। ਬਾਕੀ ਗੱਡੀ ਗਵਾਓ ਨਾ, ਉਹ ਵੀ ਧਿਆਨ 'ਚ ਰੱਖਿਓ। ਇੰਨਾ ਕਹਿੰਦੇ ਹੋਏ ਬਸ ਖਤਮ ਕਰਦੇ ਹਾਂ ਜੀ। ਹੋਪ ਕਰਦੇ ਕਿਸੇ ਹੋਰ ਦੀ ਗੱਡੀ ਨਾ ਗਵਾਚੇ, ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਜੀ ਮੇਨ ਗੱਡੀ ਸਭ ਤੋਂ ਮੇਨ ਆ ਜੀ, ਤੋਂ ਸਾਡੇ ਕੋਲ ਡਰਾਈਵਰ ਲਾਇਸੈਂਸ ਜਿਹੜੀ ਤੁਹਾਡੀ ਗੱਡੀ ਹੋਣਾ ਉਹ ਬਹੁਤ ਇੰਪੋਰਟੈਂਟ ਪਾਰਟ ਬਣ ਜਾਂਦਾ ਤੁਹਾਡੇ ਹਿੱਸੇ ਦਾ, ਤੁਹਾਡੀ ਜ਼ਿੰਦਗੀ ਦਾ, ਤੁਹਾਡਾ ਇੱਕ ਇੰਪੋਰਟੈਂਟ ਪਾਰਟ ਬਣ ਜਾਂਦੀ। ਤੁਹਾਡੀ ਗੱਡੀ ਕੰਮ 'ਤੇ ਜਾਣਾ ਜਾਂ ਕਿਤੇ ਵੀ ਜਾਣਾ ਬੜੀ ਸੌਖ ਹੋ ਜਾਂਦੀ ਹੈ ਰਾਈਟ। ਹੋਰ ਵੀਡੀਓ ਆ, ਫਨ ਵੀਡੀਓ ਲੈ ਕੇ ਆਉਂਦਾਂਗੇ, ਚਲੋ ਇੰਸੀਡੈਂਟ ਹੋਇਆ ਮੈਂ ਸ਼ੇਅਰ ਕਰਤਾ। ਸੋ ਜੀ ਜੇ ਤੁਹਾਡੇ ਨਾਲ ਵੀ ਕੋਈ ਇੱਦਾਂ ਦਾ ਹੋਇਆ, ਤੁਹਾਡੀ ਕੋਈ ਗੱਡੀ ਚੋਰੀ ਚੋਰੀ ਹੋਈ, ਕਿਵੇਂ ਦਾ ਫੀਲ ਹੋਇਆ ਤੁਹਾਨੂੰ ਕੀ ਨਹੀਂ, ਜ਼ਰੂਰ ਕਮੈਂਟ ਕਰਿਓ ਥੱਲੇ, ਮੈਂ ਵੇਟ ਕਰਾਂਗਾ। ਸੋ ਬਾਏ ਬਾਏ।